ਹਾਂਜੀ ਦੋਸਤੋ, ਕੀ ਹਾਲ ਚਾਲ ਨੇ ਜੀ? ਅੱਜ ਇੱਕ ਨਵੇਂ ਟੂਰ 'ਤੇ ਨਵੀਂ ਸਵੇਰ, ਅਸੀਂ ਅੱਜ ਪਠਾਨਕੋਟ ਪਹੁੰਚ ਗਏ ਹਾਂ। ਬੁਲਟ ਨੂੰ ਮਾਰਿਆ ਕੱਪੜਾ ਲਿਸ਼ਕਾ ਕੇ ਮੈਂ ਅਤੇ ਮੇਰੇ ਨਾਲ ਨਰੇਸ਼ ਮੰਡ ਅਸੀਂ ਚੱਲ ਪਏ ਹਾਂ ਜੀ, ਥੋੜ੍ਹਾ ਜਿਹਾ ਪਹਾੜਾਂ ਦੀਆਂ ਵਾਦੀਆਂ ਨੂੰ ਜਿਹੜੀ ਸੈਰ ਕਰਨ ਲਈ। ਅਸੀਂ ਪਹਿਲਾਂ ਜਿੱਥੇ ਪਾਂਡਵਾਂ ਦੀਆਂ ਗੁਫਾਵਾਂ ਨੇ ਉਸ ਧਾਮ 'ਤੇ ਜਾਵਾਂਗੇ, ਉਸ ਤੋਂ ਬਾਅਦ ਰਣਜੀਤ ਸਾਗਰ ਡੈਮ ਵੀ ਦੇਖਣ ਜਾਵਾਂਗੇ, ਉਸ ਤੋਂ ਬਾਅਦ ਜੇ ਸਾਨੂੰ ਟਾਈਮ ਮਿਲਿਆ ਤਾਂ ਮਿੰਨੀ ਗੋਆ ਦੇ ਜਿਹੜੇ ਚਰਚੇ ਪੰਜਾਬ 'ਚ ਅੱਜ ਕੱਲ੍ਹ ਬੜੇ ਨੇ ਉੱਥੇ ਵੀ ਆਪਾਂ ਜਾਣ ਦੀ ਜਿਹੜੀ ਕੋਸ਼ਿਸ਼ ਕਰਾਂਗੇ। ਟ੍ਰੈਫਿਕ ਬਹੁਤ ਜ਼ਿਆਦਾ ਅੱਜ, ਕਿਉਂਕਿ ਡਲਹੌਜ਼ੀ ਨੂੰ ਜਾਣ ਵਾਲਿਆਂ ਦੀ ਜਿਹੜੀ ਭੀੜ ਅਕਸਰ ਦੇਖਣ ਨੂੰ ਮਿਲਦੀ ਆ। ਬੱਚਿਆਂ ਨੂੰ ਅੱਜ ਕੱਲ੍ਹ ਪੇਪਰਾਂ ਦੇ ਰਿਜ਼ਲਟ ਆ ਚੁੱਕੇ ਨੇ ਅਤੇ ਪੇਰੈਂਟਸ ਨਾਲ ਘੁੰਮਣ ਜਾ ਰਹੇ ਨੇ। ਅਸੀਂ ਵੀ ਇਸ ਰੋਡ ਦੇ ਨਾਲ ਨਾਲ ਨਾ ਜਾਣ ਦੀ ਬਜਾਏ ਅਸੀਂ ਸੈਂਟਰ ਦੇ ਵਿੱਚੋਂ ਇੱਕ ਰਸਤਾ ਨਿਕਲਦਾ, ਚੱਲ ਸਾਨੂੰ ਵੀ ਦੇਖ ਲਓ, ਅਸੀਂ ਵੀ ਬੜੀ ਟੋਰ ਸ਼ੋਰ ਅੱਜ ਕੱਢ ਲਈ ਹੈ ਅਤੇ ਕੁਦਰਤ ਦਾ ਜਿਹੜਾ ਆਨੰਦ ਲੈਣ ਲਈ ਅਸੀਂ ਜਾ ਰਹੇ ਹਾਂ, ਅਤੇ ਮੈਂ ਵੀ ਸਾਰਿਆਂ ਨੂੰ ਇਹੀ ਕਹੂੰਗਾ। ਬਾਕੀ ਮੈਂ ਕੀ ਕਹੂੰਗਾ ਉਹ ਤੋਂ ਆਪਾਂ ਬਾਅਦ ਗੱਲ ਕਰਾਂਗੇ। ਜਿੱਦਾਂ ਕੈਨੇਡਾ ਦੇ ਵਿੱਚ ਡਾਊਨ ਟਾਊਨ ਆ, ਉੱਦਾਂ ਹੀ ਆਪਣਾ ਪਠਾਨਕੋਟ ਦੇ ਵਿੱਚ ਬਹੁਤ ਹੀ ਆਲੀਸ਼ਾਨ ਜਿਹੜਾ ਇੱਕ ਇਹ ਡਾਊਨ ਟਾਊਨ ਦੀ ਸ਼ਕਲ ਦੇ ਵਿੱਚ ਬਣਿਆ ਹੋਇਆ ਅਤੇ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਸਾਨੂੰ ਮਿਲੂਗੀ। ਖਾਣ ਪੀਣ ਦੀਆਂ ਨੰਬਰ ਆਫ ਇੱਥੇ ਸ਼ੋਪ ਨੇ, ਜਿਵੇਂ ਸਟਾਰਬਕ ਵਗੈਰਾ ਜਿਹੜੇ ਵੱਡੇ ਵੱਡੇ ਬ੍ਰੈਂਡ ਦੇ ਨੇਮ ਨੇ ਉਹ ਵੀ ਇੱਥੇ ਪਾਏ ਜਾਂਦੇ ਨੇ। ਥੋੜ੍ਹੀ ਜਿਹੀ ਝਲਕ ਤੁਸੀਂ ਦੇਖ ਲਓ ਇੱਥੇ, ਜਦੋਂ ਵੀ ਤੁਸੀਂ ਲੰਘੋ ਤਾਂ ਇੱਥੇ ਜ਼ਰੂਰ ਕੁਝ ਨਾ ਕੁਝ ਜਿਹੜਾ ਟੇਸਟ ਕਰਕੇ ਜਾਓ। KFC ਤੋਂ ਲੈ ਕੇ ਸਾਰੀ ਤਰ੍ਹਾਂ ਦੀਆਂ ਆਈਟਮਾਂ ਇੱਥੇ ਮਿਲਣਗੀਆਂ। ਮੈਂ ਕਹਿੰਦਾ ਵੀ ਮੰਡ ਬੁਲਟ ਮੋੜ ਲਾ ਤੂੰ ਫਿਰ ਉਸ ਪਠਾਨਕੋਟ ਤੋਂ ਆਪਣਾ ਹਿਮਾਚਲ ਦੀਆਂ ਉਹਨਾਂ ਵਾਦੀਆਂ ਵੱਲ ਨੂੰ, ਕਿਉਂਕਿ ਸਮਾਂ ਆਪਣੇ ਕੋਲ ਬਹੁਤ ਘੱਟ ਹੈ ਅਤੇ ਆਪਾਂ ਚੀਜ਼ਾਂ ਬਹੁਤ ਦਿਖਾਉਣੀਆਂ ਅੱਜ। ਅਤੇ ਇਹ ਸਾਡਾ ਬਲੌਗ ਦਾ ਮਕਸਦ ਇੱਕ ਇਹ ਹੈ ਕਿ ਤੁਸੀਂ ਕਦੇ ਆਓ ਤਾਂ ਤੁਹਾਨੂੰ ਥੋੜ੍ਹਾ ਬਹੁਤਾ ਗੈਸ ਹੋਵੇ। ਲਓ ਜੀ, ਮੰਡ ਨੇ ਰਸਤੇ ਤੋਂ ਪਾ ਲਿਆ ਜੀ ਪਿੱਤੋਂ ਸ਼ੋਰਟਕੱਟ, ਇਹ ਕਹਿੰਦਾ ਤੁਹਾਨੂੰ ਨਹਿਰ ਦਿਖਾਉਣੀ ਹੈ। ਦੇਖੋ ਕਿੰਨਾ ਸੋਹਣਾ ਵਿਊ ਹੈ, ਅਸੀਂ ਐਵੇਂ ਦੁਨੀਆ ਦੇ ਝਮੇਲਿਆਂ 'ਚ ਘੁੰਮੀ ਜਾਂਦੇ ਹਾਂ ਅਤੇ ਜਿਹੜੇ ਅਸਲ ਜ਼ਿੰਦਗੀ ਦਾ ਆਨੰਦ ਹੈ ਉਹ ਅਸੀਂ ਨਹੀਂ ਮਾਣ ਸਕਦੇ। ਇਹ ਏਰੀਆ ਦੇਖੋ ਕਿੰਨਾ ਸ਼ਾਨਦਾਰ ਹੈ, ਇਸ ਏਰੀਏ 'ਚ ਤਾਂ ਲੈ ਕੇ ਆਏ ਕਿਉਂਕਿ ਹਰਿਆਲੀ ਬਹੁਤ ਹੈ, ਜਾਣ ਨੂੰ ਅਸੀਂ ਉਹ ਬਾਈਪਾਸ ਰੋਡ ਤੋਂ ਵੀ ਜਾ ਸਕਦੇ ਸੀ। ਚਲੋ ਚਲੋ, ਅੱਗੇ ਤੁਹਾਨੂੰ ਹੋਰ ਚੀਜ਼ਾਂ ਦਿਖਾਉਂਦੇ ਹਾਂ, ਸਾਡੇ ਨਾਲ ਬਣੇ ਰਹਿਣਾ। ਅਤੇ ਮੈਂ ਵੀ ਤੁਹਾਨੂੰ ਕਹਿੰਦਾ ਚੱਕੋ, ਚਾਹੇ ਮੋਟਰਸਾਈਕਲ ਚੱਕੋ, ਚਾਹੇ ਬੱਸ ਰਾਹੀਂ ਆਓ, ਜ਼ਰੂਰ ਬਹੁਤ ਹੀ ਘੱਟ ਪੈਸਿਆਂ ਤੁਸੀਂ ਘੁੰਮ ਸਕਦੇ ਹੋ, ਬਹੁਤੇ ਪੈਸੇ ਦੀ ਲੋੜ ਨਹੀਂ। ਜਿਹੜੇ ਕਹਿੰਦੇ ਪੈਸੇ ਪੈਸੇ ਨਹੀਂ ਹੈ ਸਾਡੇ ਕੋਲ, ਪੈਸੇ ਨਹੀਂ ਹੈ। ਦੇਖੋ ਕਿੰਨਾ ਸੋਹਣਾ ਵਿਊ ਆ, ਦੇਖੋ ਛੱਲਾਂ ਛਣ ਛਣ ਕਰਦੀਆਂ ਜਾ ਰਹੀਆਂ ਨੇ। ਇੱਥੇ ਇਹ ਨਾਲ ਨਾਲ ਰੋਡ ਵੀ ਬਣ ਰਿਹਾ, ਆਉਣ ਵਾਲੇ ਸਮੇਂ 'ਚ ਜਿਹੜਾ ਇੱਥੇ ਰੋਡ ਬਣ ਜਾਣਾ, ਜਿਹਦੇ ਕਰਕੇ ਹੋਰ ਆਪਾਂ ਨੂੰ ਜਿਹੜਾ ਸੁੱਖ ਹੋ ਜਾਣਾ। ਦੇਖੋ ਪਾਣੀ ਕਿੰਨਾ ਸਾਫ ਹੈ, ਆ ਦੇਖਿਓ ਵੀ ਇੱਕ ਛੋਟਾ ਜਿਹਾ ਰਸਤਾ ਸੀ ਸ਼ੋਰਟਕੱਟ, ਅਸੀਂ ਖਤਰੋਂ ਕੇ ਖਿਲਾੜੀ ਬਣ ਗਏ ਹਾਂ। ਅਸੀਂ ਹੁਣ ਇੱਥੇ ਪੂਰੇ ਡੇਂਜਰ ਏਰੀਏ 'ਚ ਅਸੀਂ ਲੰਘ ਰਹੇ ਹਾਂ, ਛੋਟਾ ਜਿਹਾ ਰਸਤਾ ਤਾਂ ਤੁਸੀਂ ਦੇਖ ਸਕਦੇ ਹੋ। ਦੇਖੋ ਤੁਹਾਨੂੰ ਹਰ ਤਰ੍ਹਾਂ ਦਾ ਵਿਊ ਦਿਖਾਉਣ ਲਈ ਅਸੀਂ ਡੇਂਜਰ ਏਰੀਏ 'ਚੋਂ ਵੀ ਲੰਘਾਂਗੇ, ਤੁਸੀਂ ਘਬਰਾਓ ਨਾ, ਘਰ ਬੈਠੇ ਦੇਖੋ ਅਤੇ ਬਾਅਦ ਵਿੱਚ ਆਪਣੀ ਫੈਮਿਲੀ ਨਾਲ ਅਤੇ ਆਪ ਘੁੰਮਣ ਜਾਓ। ਆ ਸੜਕ ਕਿਨਾਰੇ ਦੇਖੋ ਮਿੱਟੀ ਦੇ ਗਮਲੇ ਵਗੈਰਾ ਜਿਹੜੀ ਕਲਾਕ੍ਰਿਤੀਆਂ ਬਣੀਆਂ ਹੋਈਆਂ ਨੇ, ਮੈਂ ਕਿਹਾ ਇਹ ਵੀ ਜਾਂਦੇ ਜਾਂਦੇ ਸਾਨੂੰ ਝਲਕ ਜਿਹੜੀ ਦਿਖਾਈ ਦੇਈਏ। ਆ ਮੈਨੂੰ ਹੁਣੇ ਪਤਾ ਲੱਗਿਆ, ਕਹਿੰਦੇ ਇੱਥੇ ਘਿਓ ਦੀ ਬਹੁਤ ਵੱਡੀ ਫੈਕਟਰੀ ਹੈ ਅਤੇ ਘਿਓ ਕਿਹੜਾ ਬਣਦਾ, ਗਗਨ ਬਣਦਾ, ਸੋਹਣਾ ਬਣਦਾ, ਉਹ ਸਾਨੂੰ ਪਤਾ ਨਹੀਂ। ਪਰ ਸਾਡੀ ਨਿਗਾਹ ਪੈ ਗਈ ਜੀ ਘਲਾੜੀ ਚੱਲਦੀ ਹੋਈ, ਆ ਜਾਓ ਤੁਹਾਨੂੰ ਘਲਾੜੀ 'ਤੇ ਲੈ ਚੱਲੀਏ ਜੀ। ਸਾਡਾ ਬੜਾ ਜੀ ਕੀਤਾ ਵੀ ਘਲਾੜੀ 'ਤੇ ਪਹੁੰਚੀ ਗਿਆ ਸੀ, ਮੈਂ ਘਲਾੜੀ ਵਾਲੀ ਦੇ ਅੱਗੇ ਤਾਂ ਰਸ ਪਾਇਆ। ਜੱਲੂ ਭੱਠੀ ਆ, ਟਾਈਮ ਲੱਗੂਗਾ, ਚਲੀਏ। ਨਹੀਂ ਨਹੀਂ ਆਪੇ ਲਾ ਕੇ ਦਿਓ, ਮਾੜੀ ਜਿੰਨੀ ਅਸੀਂ ਜ਼ਿਆਦਾ ਨਹੀਂ ਖਾਣੀ ਇਹਦੇ ਪੈਸੇ, ਚੱਲੇ ਮੁਕੇਸ਼ ਨਾਲ ਧਾਮ ਘੁੰਮਣ ਫਿਰਨ। ਲੈ ਮਨ ਸਾਹਿਬ, ਓਹ ਮਨ ਸਾਹਿਬ ਬਹੁਤ ਪੀਣ, ਕਿੱਥੇ ਲੁਧਿਆਣਾ, ਕਿੱਥੇ ਪਠਾਨਕੋਟ, ਗਰਮ ਗਰਮ ਘਲਾੜੀ ਦਾ ਜਿਹੜਾ ਗੁੜ ਖਾ ਕੇ ਅਸੀਂ ਐਨ ਘਰ ਦਾ ਪਿਓਰ ਕੱਢਿਆ।
ਤੇ ਹੁਣ ਆਪਾਂ ਥੋੜੀ ਜਿਹੀ ਸਪੀਡ ਮੈਂ ਚੱਕ ਦਿੰਦਾ, ਤੁਸੀਂ ਵਾਦੀਆਂ ਦਾ ਜਿਹੜੇ ਆਲੇ ਦੁਆਲੇ ਹਰਿਆਲੀ ਦਾ ਆਨੰਦ ਲੈਂਦੇ ਚਲੋ, ਤੇ ਆਪਾਂ ਸਿੱਧਾ ਅੱਗੇ ਫਿਰ ਜਾ ਕੇ ਤੁਹਾਨੂੰ ਮਿਲਦੇ ਹਾਂ ਜੀ ਮੇਨ ਜਿਹੜੇ ਪਾਂਡਵਾਂ ਦੇ ਉਹਨਾਂ ਗੁਫਾਵਾਂ ਦੇ ਵਿੱਚ। ਹੁਣ ਜਿਹੜੀ ਇੱਥੇ ਤੁਹਾਨੂੰ ਅੱਗੇ ਸੁਸਾਇਟੀ ਆਉਣੀ ਆ, ਇੱਕ ਤਰ੍ਹਾਂ ਦਾ ਮਿੰਨੀ ਚੰਡੀਗੜ੍ਹ ਹੈ। ਬਿਲਡਿੰਗ ਜ਼ਰੂਰ ਪੁਰਾਣੀਆਂ ਨੇ ਪਰ ਉੱਦਾਂ ਹੀ ਇੱਕ ਸ਼ਹਿਰੂ ਇਨਫਰਾਸਟ੍ਰਕਚਰ ਜਿਹੜਾ ਬਣਾਇਆ ਗਿਆ ਆ। ਅਸੀਂ ਥੋੜ੍ਹੀ ਸਪੀਡ ਵੀਡੀਓ ਦੀ ਤੇਜ਼ ਕੀਤੀ ਹੋਈ ਹੈ ਤਾਂ ਕਿ ਤੁਹਾਨੂੰ ਛੇਤੀ ਤੋਂ ਛੇਤੀ ਅਸੀਂ ਮੇਨ ਪੁਆਇੰਟ 'ਤੇ ਲੈ ਚੁੱਕੀਏ ਅਤੇ ਤੁਸੀਂ ਬੋਰ ਨਾ ਹੋ ਜਾਵੋ। ਅਤੇ ਅਸੀਂ ਅੱਜ ਬੜੇ ਖੁਸ਼ ਹਾਂ ਕਿਉਂਕਿ ਅਸੀਂ ਅੱਜ ਕੁਦਰਤ ਦੇ ਜਿਹੜੇ ਆ ਨਿੱਘ ਲੈਂਦੇ ਫਿਰਦੇ ਹਾਂ ਅਤੇ ਰਸਤਾ ਬਹੁਤ ਸ਼ਾਨਦਾਰ। ਆਹ ਦੇਖੋ ਬੋਰਡ, ਰਣਜੀਤ ਸਾਗਰ ਡੈਮ 16 ਕਿਲੋਮੀਟਰ ਅਤੇ ਡਲਹੌਜ਼ੀ ਉਰੇ 74 ਕਿਲੋਮੀਟਰ ਆ। ਮੋੜ ਤਾਂ ਜੀ ਅਸੀਂ ਫਿਰ ਆਪਣਾ ਬੁਲਟ, ਅਤੇ ਬੁਲਟ ਮੋੜ ਦੇ ਹੀ ਮੈਂ ਚੱਕ ਦੇਣੀ ਆ ਸਪੀਡ ਅਤੇ ਤੁਸੀਂ ਮੈਨੂੰ ਕਰ ਲੈਣਾ ਫੋਲੋ। ਲੈ ਜਾਂਦਾ ਨਾ ਬੁਲਟ ਸਾਡਾ ਉੱਡਦਾ ਹੀ ਕਿਉਂਕਿ ਅਸੀਂ ਤੁਹਾਨੂੰ ਦਿਖਾਉਣੀ ਹੈ ਜਾ ਕੇ ਉੱਥੇ ਜਗ੍ਹਾ। ਅਤੇ ਮੈਂ ਥੋੜ੍ਹਾ ਜਿਹਾ ਪਿੱਛੋਂ ਲਾ ਦੇਣਾ ਥੋੜ੍ਹਾ ਜਿਹਾ ਗਾਣਾ ਅਤੇ ਤੁਸੀਂ ਜਨ ਨੂੰ ਲਓ ਗਾਣੇ ਦਾ ਆਨੰਦ। ਫਿਰ ਆਪਾਂ ਪਹੁੰਚਦੇ ਹਾਂ ਸਿੱਧਾ ਧਾਮ ਦੇ ਪਿੰਡਾਂ ਨੂੰ ਚੀਰਦਾ ਹੋਇਆ। You are the queen.
ਲਓ ਜੀ ਅਸੀਂ ਬੁਲਟ ਪੂਰਾ ਖਿੱਚਿਆ ਹੋਇਆ ਪੂਰੀ ਸਪੀਡ ਦੇ ਵਿੱਚ, ਲਓ ਜੀ ਇਹ ਧਾਮ ਦੇ ਵਿੱਚ ਐਂਟਰੀ ਹੋਣ ਵਾਲੀ ਆ, ਲਓ ਜੀ ਉਹ ਸਾਹਮਣੇ ਤੁਹਾਨੂੰ ਬੋਰਡ ਦੇਖ ਗਿਆ, ਅਤੇ ਸਾਡੀ ਐਂਟਰੀ ਜੀ ਮੰਦਿਰ ਦੇ ਵਿੱਚ ਹੋ ਚੁੱਕੀ ਹੈ। ਇੱਕ ਸਾਈਡ 'ਤੇ ਪਹਿਲਾਂ ਅਸੀਂ ਬੁਲਟ ਲਾਵਾਂਗੇ, ਦੇਖੋ ਇੱਥੇ ਬੁਲਟ ਖੜ੍ਹੇ ਨੇ, ਅਤੇ ਅਸੀਂ ਇਹ ਮੇਨ ਰਸਤਾ ਜੀ ਅਸੀਂ ਇੱਥੇ ਨੂੰ ਜਾ ਰਹੇ ਹਾਂ। ਪਰ ਆਹ ਇੱਕ ਲੰਗਰ ਹਾਲ ਬਣਿਆ ਹੋਇਆ ਜੀ ਉੱਪਰ, ਕਹਿੰਦੇ ਅੱਜ ਕੱਲ੍ਹ ਉੱਪਰ ਪ੍ਰਬੰਧ ਹੈ, ਕਿਉਂ ਪ੍ਰਬੰਧ ਆਪਾਂ ਦੇਖਦੇ ਹਾਂ ਅੱਗੇ ਜਾ ਕੇ। ਲਓ ਜੀ ਕਹਿੰਦੇ ਅੱਗੇ ਤਾਂ ਜਾ ਕੇ ਰਸਤਾ ਕਹਿੰਦੇ ਬੰਦ ਹੈ, ਰਸਤਾ ਬੰਦ ਆ ਕਿਉਂਕਿ ਥੱਲੇ ਕੰਸਟਰਕਸ਼ਨ ਚੱਲਦੀ ਹੈ। ਆਪਾਂ ਦੇਖ ਆਉਂਦੇ ਹਾਂ, ਸਾਨੂੰ ਫਿਰ ਵੀ ਸਬਰ ਨਹੀਂ ਆਇਆ ਕਿ ਅਸੀਂ ਜ਼ਰੂਰ ਦੇਖਾਂਗੇ। ਲਓ ਜੀ ਵਾਕਈ ਉੱਥੇ ਲਿਖਿਆ ਜੀ ਰਸਤਾ ਬੰਦ ਹੈ, ਤੋ ਇੱਥੇ ਅਸੀਂ ਖੜ੍ਹਾ ਕੇ ਉਹ ਸਾਹਮਣੇ ਅਸੀਂ ਨੀਚੇ ਜਾਣਾ। ਇੱਕ ਕੱਚਾ ਰਸਤਾ ਇਹਨਾਂ ਨੇ ਬਣਾਇਆ ਹੋਇਆ, ਉਹ ਕੱਚੇ ਰਸਤੇ ਰਾਹੀਂ ਦੇਖੋ, ਕੱਚੀਆਂ ਪੌੜੀਆਂ ਦੇ ਰਾਹੀਂ ਉਹ ਮੰਡ ਸਾਡੇ ਅੱਗੇ ਅੱਗੇ ਜਾ ਰਿਹਾ। ਇਹਦੋਂ ਤੁਰਿਆ ਨਹੀਂ ਜਾਂਦਾ, ਜਿੰਨੀ ਸਪੀਡ ਨਾਲ ਜਾਂਦਾ ਨਹੀਂ ਉਨੀ ਸਪੀਡ ਨਾਲ ਵਾਪਸ ਵੀ ਆਉਣਾ। ਲਓ ਜੀ ਇਹ ਬਹੁਤ ਡੂੰਘੀ ਥੱਲੇ, ਉਹ ਜਿੱਥੇ ਪਾਣੀ ਤੁਹਾਨੂੰ ਦਿਖਦਾ ਉੱਥੇ ਤੱਕ ਆਪਾਂ ਜਾਣਾ ਹੈ। ਅਤੇ ਚਲੋ ਚੱਲਦੇ ਹਾਂ ਜੀ, ਆਪਾਂ ਥੋੜ੍ਹਾ ਜਿਹਾ ਟਿਊਨ ਲਾ ਦਿੰਦਾ ਜੀ ਮੈਂ 2-4 ਮਿੰਟ ਦੇ ਵਿੱਚ, ਤਾਂ ਕਿ ਤੁਹਾਨੂੰ ਜਿਹੜਾ ਬੋਰ ਨਾ ਹੋਵੋ ਤੁਸੀਂ। ਬਹੁਤ ਲੋਕ ਹੋਰ ਵੀ ਨੀਚੇ ਜਾ ਰਹੇ ਨੇ, ਆ ਰੱਸੀ ਲਗਾਈ ਹੈ। ਆ ਲਓ ਜੀ ਮੈਂ ਵੀ ਫਿਰ ਅੱਗੇ ਵੱਧ ਗਿਆ, ਜਾ ਰਿਹਾ ਜੀ ਮੈਂ। ਲਓ ਜੀ ਲਓ ਬਸ 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 ਰੇਸ ਰੂਸ ਲਾਈ ਦੀ ਹੈ, ਜਿਹਦੇ ਕਰਕੇ ਸਾਨੂੰ ਥੋੜ੍ਹਾ ਜਿਹਾ ਸੌਖਾ ਲੱਗ ਰਿਹਾ ਥੱਲੇ ਜਾਣਾ, ਪਰ ਲੋਕ ਇੱਥੇ ਮੈਂ ਦੇਖਿਆ ਬਹੁਤ ਥੱਕੇ ਹੋਏ ਮਹਿਸੂਸ ਕਰਦੇ ਸੀ। ਚਲੋ ਬਾਕੀ ਆਪਾਂ ਟਿਊਨ ਲਾ ਦਿੰਦੇ, ਸਿੱਧਾ ਲੈ ਚੱਲਦੇ ਜੀ ਤੁਹਾਨੂੰ ਗੁਫਾ ਦੇ ਵਿੱਚ। ਆ ਲਓ ਜੀ ਆਹ ਵੀ ਰਸਤਾ ਨਵਾਂ ਬਣਿਆ, ਕਿਉਂਕਿ ਪਾਣੀ ਰਾਵੀ ਦੇ ਵਿੱਚ ਬਹੁਤ ਜ਼ਿਆਦਾ ਆ ਜਾਂਦਾ ਜਿਹਦੇ ਕਰਕੇ। ਆ ਕਰੋ ਜੀ ਗੁਫਾ ਦੇ ਦਰਸ਼ਨ ਜੀ, ਬੋਲੋ ਬੰਬ ਬੰਬ ਬੋਲੇ। ਹਾਂਜੀ ਗੁਫਾ ਦੇ ਵਿੱਚ ਅਸੀਂ ਐਂਟਰ ਹੋ ਗਏ ਹਾਂ, ਇਹ ਉਹ ਧਾਮ ਆ, ਪਵਿੱਤਰ ਅਸਥਾਨ ਆ ਜੀ, ਅਸੀਂ ਇੱਥੇ ਨਤਮਸਤਕ ਹੋ ਚੁੱਕੇ ਹਾਂ। ਇਹ ਉੱਥੇ ਜਿੱਥੇ ਪਾਂਡਵ ਬੈਠ ਕੇ ਸ਼ਿਵ ਮਹਾਰਾਜ ਦੀ ਭਗਤੀ ਕਰਦੇ ਸਨ, ਬਹੁਤ ਹੀ ਆਨੰਦਮਈ ਜਗ੍ਹਾ, ਹਰ ਇੱਕ ਨੂੰ ਪਰਿਵਾਰ ਨਾਲ ਆਉਣਾ ਚਾਹੀਦਾ, ਬਹੁਤ ਸਕੂਨ ਮਿਲਦਾ ਆਪਣੀਆਂ। ਆਓ ਇੱਥੇ ਨਤਮਸਤਕ ਹੋ, ਆਪਣੀਆਂ ਮੰਗੀਆਂ ਮੁਰਾਦਾਂ ਤੁਸੀਂ ਜਿਹੜੀਆਂ ਹਾਸਲ ਕਰੋ। ਦੇਖੋ ਉਸ ਸਮੇਂ ਦੀਆਂ ਇਹ ਗੁਫਾਵਾਂ ਬਣੀਆਂ ਹੋਈਆਂ ਨੇ, ਇੱਕ ਤਰ੍ਹਾਂ ਦੀਆਂ ਦੁਰਲੱਭ ਗੁਫਾਵਾਂ ਨੇ ਇਹ। ਲਓ ਜੀ ਆਪਾਂ ਕੀਤਾ ਨਤਮਸਤਕ, ਅਤੇ ਬੰਬ ਬੰਬ ਬੋਲੇ ਦੇ ਆਪਾਂ ਚਰਨੀ 'ਚ ਮੱਥਾ ਟੇਕਿਆ, ਅਤੇ ਹੁਣ ਆਪਾਂ ਦੂਈ ਗੁਫਾ ਵੀ ਜਿਹੜੀ ਉੱਧਰ ਦੇਖਣ ਜਾਣੀ ਹੈ, ਜਿਹੜੀ ਉੱਧਰ ਬਣੀ ਹੋਈ ਹੈ। ਲਓ ਜੀ ਅਸੀਂ ਇੱਥੋਂ ਨਿਕਲ ਕੇ, ਆ ਦੇਖੋ ਬਾਹਰ ਕੰਸਟਰਕਸ਼ਨ ਦਾ ਕੰਮ ਸਾਰਾ ਚੱਲਦਾ, ਇੱਕ ਬਹੁਤ ਵੱਡਾ ਇਹ ਉੱਪਰ ਚੜ੍ਹ ਕੇ ਹੈ ਜੀ, ਇਹ ਵੀ ਭੀਮ ਸੈਨ ਦੀ ਗੁਫਾ ਜੀ। ਸਾਨੂੰ ਪੰਡਿਤ ਜੀ ਨੇ ਥੋੜ੍ਹਾ ਗਿਆਨ ਦਿੱਤਾ, ਅਤੇ ਜਿੰਨਾ ਵੀ ਉਹਨੇ ਸਾਨੂੰ ਦੱਸਿਆ ਸਾਨੂੰ ਬਹੁਤ ਵਧੀਆ ਲੱਗਿਆ। ਲੈ ਵੀ ਨਰੇਸ਼ ਮੰਡ ਅੱਗੇ ਜਾ ਰਿਹਾ, ਬਹੁਤ ਜ਼ਿਆਦਾ ਤੁਸੀਂ ਮਤਲਬ ਤੁਹਾਨੂੰ ਰੂਹ ਨੂੰ ਸਕੂਨ ਮਿਲੂਗਾ, ਜਿੰਨੀ ਥਕਾਵਟ ਹੈ ਤੁਹਾਡੀ ਥਕਾਵਟ ਲੈ ਜੂਗੀ। ਹਰ ਇੱਕ ਬੰਦੇ ਨੂੰ ਕਿਸੇ ਵੀ ਧਰਮ ਦਾ ਹੋਵੇ ਚਾਹੇ, ਜ਼ਰੂਰ ਜਾਣਾ ਚਾਹੀਦਾ ਕਿ ਉਸ ਸਮੇਂ ਦੀਆਂ ਦੇਵੀ ਦੇਵਤਿਆਂ ਜਿਹੜੇ ਕਰਾਮਾਤਾਂ ਨੇ, ਕਿੱਦਾਂ ਉਹਨਾਂ ਨੇ ਇੱਥੇ ਭਾਗ ਲਾ ਇਸ ਧਰਤੀ ਨੂੰ। ਲੈ ਵੀ ਨਰੇਸ਼ ਨੇ ਬੂਟ ਚੱਕ ਲਿਆ, ਅਤੇ ਕਹਿੰਦਾ ਮੈਂ ਤਾਂ ਉੱਪਰ ਜਾ ਕੇ ਪਾਊਂਗਾ। ਉਹ ਜਾਣਾ ਜੀ ਆਪਾਂ ਉੱਪਰ ਚੜ੍ਹ ਕੇ, ਚਲੋ ਜੀ ਫਿਰ ਮਿਲਦੇ ਹਾਂ ਆਪਾਂ। ਲਓ ਜੀ ਅਸੀਂ ਨਤਮਸਤਕ ਹੋ ਚੁੱਕੇ ਹਾਂ, ਅਤੇ ਹੁਣ ਅਸੀਂ ਚੱਲਾਂਗੇ ਰਣਜੀਤ ਸਾਗਰ ਡੈਮ ਵੱਲ, ਅਤੇ ਅਸੀਂ ਆਪਣਾ ਬੁਲਟ ਚੱਕ ਲਿਆ, ਅਤੇ ਬੁਲਟ ਨੂੰ ਅਸੀਂ ਪੂਰੀ ਸਪੀਡ ਨਾਲ ਚੜ੍ਹਾਈਆਂ ਚੜ੍ਹਦਾ ਹੋਇਆ ਸਾਡਾ ਬੁਲਟ ਜਾ ਰਿਹਾ, ਮੇਲਦਾ ਹੋਇਆ, ਆਲੇ ਦੁਆਲੇ ਹਰਿਆਲੀ ਸਕੂਨ ਦੇ ਰਹੀ ਹੈ।
ਤੇ ਬਹੁਤ ਸਪੀਡ ਦੇ ਵਿੱਚ ਅਸੀਂ ਜਾ ਰਹੇ ਹਾਂ। ਲਓ ਜੀ ਇਹ ਉਹ ਰਸਤਾ ਹੈ, ਹੁਣ ਅਸੀਂ ਰੋਡ ਮੇਨ 'ਤੇ ਚੜ੍ਹਾਂਗੇ ਜਿਹੜਾ ਡਲਹੌਜ਼ੀ ਨੂੰ ਜਾਂਦਾ ਹੈ। ਉਸੇ ਰਸਤੇ ਦੇ ਵਿੱਚ ਸਾਨੂੰ ਜਿਹੜਾ ਮਿੰਨੀ ਗੋਆ, ਪੰਜਾਬ ਦਾ ਅੱਜ ਕੱਲ੍ਹ ਬੜੀ ਚਰਚਾ ਵੀ ਮਿੰਨੀ ਗੋਆ, ਤਾਂ ਸਾਨੂੰ ਵੀ ਹੋਇਆ ਸੀ ਕਿਉਂ ਨਾ ਘੁੰਮ ਕੇ ਆਈਏ ਜੀ ਮਿੰਨੀ ਗੋਆ। ਲਓ ਜੀ ਮੋੜ ਲਿਆ ਜਹਾਜ਼ ਅਸੀਂ ਆਪਣਾ ਮਿੰਨੀ ਗੋਆ ਵਾਲੇ ਰੋਡ 'ਤੇ। ਇਹ ਡਲਹੌਜ਼ੀ ਰੋਡ ਹੈ ਜੀ, ਡਲਹੌਜ਼ੀ ਤੋਂ ਉਹੀ 50-60 ਕਿਲੋਮੀਟਰ ਪਹਿਲਾਂ ਰਹਿ ਜਾਂਦਾ ਆਪਣਾ ਮਿੰਨੀ ਗੋਆ। ਚਲੋ ਜੀ ਚਲੋ ਖਿੱਚਦਾ ਕੰਮ ਆਪਾਂ, ਦੇਖੋ ਕਿੰਨਾ ਸੋਹਣਾ ਵਿਊ ਹੈ। ਬਸ ਇੱਦਾਂ ਆਪਾਂ ਨਿਰੰਤਰ ਚੱਲਦੇ ਰਹਿਣਾ, ਵਿੱਚ ਨੂੰ ਤੁਸੀਂ ਆਲਾ ਦੁਆਲਾ ਤੁਹਾਨੂੰ ਮੈਂ ਦਿਖਾਉਂਦਾ ਜਾ ਰਿਹਾ ਤਾਂ ਕਿ ਤੁਸੀਂ ਵੀ ਦੇਖ ਸਕੋ। ਰੋਡ ਬਿਲਕੁਲ ਸਾਫ਼ ਹੈ, ਬਿਲਕੁਲ ਅਣਜਾਣ ਬੰਦਾ ਵੀ ਡਰਾਈਵਰੀ ਆਰਾਮ ਨਾਲ ਕਰ ਸਕਦਾ। ਖੁੱਲ੍ਹਾ ਬਰੋਡ ਚੌੜਾ ਇੱਕ ਰੋਡ ਹੈ, ਪੱਥਰ ਡਿੱਗਦੇ ਹਨ, ਅਲੱਗ ਅਲੱਗ ਬੋਰਡ ਲਿਖਿਆ ਆ ਜੀ ਰਣਜੀਤ ਸਾਗਰ ਡੈਮ ਸਾਹਮਣੇ ਆ, ਆਪਾਂ ਇੱਥੇ ਜਾਣਾ। ਪਰ ਇੱਥੇ ਕਿਹਾ ਜਾਂਦਾ ਕਿ ਉਹ ਸਿਰਫ ਪਾਸ ਬਣਦਾ ਅਤੇ ਅੰਦਰ ਜਿਹੜਾ ਫੋਨ ਜਾਣ ਨਹੀਂ ਦਿੰਦੇ ਬਹੁਤ ਜ਼ਿਆਦਾ। ਉਹ ਸਾਹਮਣੇ ਰਣਜੀਤ ਸਾਗਰ ਡੈਮ। ਚਲੋ ਜੀ ਹੁਣ ਆਪਾਂ ਅੱਗੇ ਵੱਧਦੇ। ਮੁੜ ਗਏ ਹਾਂ ਜੀ ਅਸੀਂ, ਬੱਸ ਪਹੁੰਚਣ ਵਾਲੇ ਹਾਂ। ਰਸਤਾ ਜਿਹੜਾ ਮੁੜ ਗਿਆ ਜੀ ਪਠਾਨਕੋਟ ਵਾਲਾ ਏਰੀਆ ਛੱਡ ਕੇ, ਅਸੀਂ ਪਹੁੰਚ ਚੱਲੇ ਹਾਂ ਜੀ ਮਿੰਨੀ ਗੋਆ ਵਾਲੀ ਸਾਈਡ ਜਿਹਨੂੰ ਚਮਰੋੜ ਦੇ ਵਿੱਚ ਪਾਇਆ ਜਾਂਦਾ। ਭਗਵੰਤ ਮਾਨ ਸਾਹਿਬ ਨੇ ਬੜਾ ਜ਼ਿਕਰ ਕੀਤਾ ਅਤੇ ਮੇਰੇ ਦਿਲ 'ਚ ਵੀ ਬੜਾ ਉਥਾਨ ਹੋਇਆ ਕਿ ਕਿਉਂ ਨਾ ਮੈਂ ਵੀ ਮਿੰਨੀ ਗੋਆ ਦੇਖ ਆਵਾਂ। ਅਤੇ ਸਾਡਾ ਬੁਲਟ ਜਾ ਰਿਹਾ ਜੀ ਮਿੰਨੀ ਗੋਆ ਵੱਲ ਨੂੰ। ਅਤੇ ਚਲੋ ਅਸੀਂ ਸਪੀਡ ਵਧਾਈ ਹੋਈ ਹੈ ਤਾਂ ਕਿ ਤੁਹਾਨੂੰ ਸਿੱਧਾ ਅਸੀਂ ਉੱਥੇ ਲੈ ਜਾ ਸਕੀਏ ਅਤੇ ਤੁਹਾਨੂੰ ਵੀ ਨਾ ਲੱਗੇ ਕਿ ਉਈ ਵੀਡੀਓ ਲੰਬੀ ਹੁੰਦੀ ਜਾਂਦੀ। ਉਹ ਸਾਹਮਣੇ ਦੇਖੋ ਜੀ ਸਾਡਾ ਜੀ ਬਹੁਤ ਹੀ ਸ਼ਾਨਦਾਰ ਵਿਊ ਆ ਜੀ। ਇਹ ਰਣਜੀਤ ਸਾਗਰ ਤੋਂ ਹੀ ਜਿਹੜਾ ਆਉਂਦਾ ਪਾਣੀ। ਚਲੋ ਜੀ ਆਪਾਂ ਬਸ ਲੈ ਚੱਲੇ ਹਾਂ, ਪਹੁੰਚ ਚੁੱਕੇ ਹਾਂ ਅਸੀਂ। ਅਤੇ ਬਾਕੀ ਤੁਸੀਂ ਵਿਊ ਦਾ ਜਿਹੜਾ ਆਨੰਦ ਲਓ। ਲਓ ਜੀ ਕੁਦਰਤ ਦੇ ਬਲਿਹਾਰੇ ਜਾਈਏ ਜੀ। ਦੇਖੋ ਕਿੰਨਾ ਵਧੀਆ ਦ੍ਰਿਸ਼ ਹੈ, ਕਿੰਨਾ ਵਧੀਆ ਇਹ ਪਾਣੀ ਹੈ, ਨੀਲਾ ਸਮੁੰਦਰੀ ਲੱਗਦਾ। ਚਲੋ ਜੀ ਅਸੀਂ ਪਹਿਲਾਂ ਪਾਰਕਿੰਗ ਦੇ ਵਿੱਚ ਆਪਣਾ ਜਿਹੜਾ ਬੁਲਟ ਲਗਾ ਦਿੱਤਾ ਆ, ਚਾਬੀ ਲਾ ਕੇ ਬੁਲਟ ਦੀ, ਅਤੇ ਚੱਲੀਏ ਜੀ ਆਪਾਂ। ਪਹਿਲੀ ਗੱਲ ਤਾਂ ਇੱਥੇ ਭੁੱਖ ਬਹੁਤ ਲੱਗੀ ਹੈ ਸਾਨੂੰ, ਪਹਿਲਾਂ ਕੁਝ ਖਾ ਲਈਏ ਜੀ। ਇੱਥੇ ਪ੍ਰੀ ਵੈਡਿੰਗ ਵਗੈਰਾ ਸਾਰੀ ਹੁੰਦੀ ਹੈ ਸ਼ੂਟ। ਚਲੋ ਜੀ ਪਹਿਲਾਂ ਲੱਗੀ ਆ ਭੁੱਖ, ਅਤੇ ਮੇਰਾ ਜੀ ਕਰਦਾ ਸੀ ਮੋਮੋਸ ਖਾਣ ਦਾ, ਪਰ ਨਰੇਸ਼ ਕਹਿੰਦਾ ਵੀ ਮੈਂ ਖਾਣੀ ਆ ਮੈਗੀ, ਤਾਂ ਮੈਂ ਕਿਹਾ ਚਲੋ ਦੋ ਪਲੇਟ ਮੈਗੀ ਖਾ ਲੈਂਦੇ ਹਾਂ। ਚਲੋ ਜੀ ਅਸੀਂ ਮੈਗੀ ਵਾਲਾ ਲੱਭੀਏ, ਮੈਗੀ ਵਾਲੀਆਂ ਦੁਕਾਨਾਂ ਬਹੁਤ ਹਰ ਇੱਕ ਤਰ੍ਹਾਂ ਦੁਕਾਨ ਲੱਗੀ ਉਰੇ। ਅਤੇ ਆਹ ਸਾਹਮਣੇ ਸਾਨੂੰ ਇੱਕ ਕੁਲਚਿਆਂ ਵਾਲਾ ਭਾਈ ਮਿਲਿਆ, ਇਹ ਹੈਗਾ ਜੀ ਗੁਪਤਾ ਫਾਸਟ ਫੂਡ, ਇਹਦੇ ਕੋਲ ਪੁੱਛਦੇ ਹਾਂ ਪਰ ਨਹੀਂ, ਪਰ ਸਾਨੂੰ ਇੱਧਰ ਆ ਕੇ ਮਿਲ ਗਿਆ ਜੀ ਮੈਗੀ ਵਾਲਾ। ਇਹ 40 ਰੁਪਏ ਦੀ ਪਲੇਟ ਹੈ ਜੀ ਸਿੰਪਲ, ਜੇ ਤੁਸੀਂ ਵੈਜੀਟੇਬਲ ਵਾਲੀ ਲੈਣੀ ਤਾਂ 50 ਰੁਪਏ। ਅਸ ਕਹੇ ਸਾਨੂੰ ਦੋ ਪਲੇਟਾਂ ਕਰ ਦਿਉ ਜੀ, ਅਸੀਂ ਵੇਟਿੰਗ ਕਰ ਰਹੇ ਹਾਂ ਜੀ। ਉਹ ਪਿੱਛੇ ਤੁਸੀਂ ਉਹ ਚਲਾਉਣ ਵਾਲੀਆਂ ਗੱਡੀਆਂ ਵੀ ਚਲਾ ਸਕਦੇ ਹੋ, ਵੇਟ ਕਰ ਰਹੇ ਹਾਂ ਮੈਗੀ ਦੀ ਕਿ ਕਦ ਮੈਗੀ ਸਾਡੇ ਕੋਲ ਆਵੇ ਅਤੇ ਅਸੀਂ ਖਾਈਏ, ਕਿਉਂਕਿ ਭੁੱਖ ਲੱਗੀ ਹੈ, ਸਫ਼ਰ ਬਹੁਤ ਜ਼ਿਆਦਾ ਲੰਬਾ ਸੀ। ਲਓ ਜੀ ਮੈਗੀ ਆ ਗਈ ਆ, ਦੇਖਣ ਨੂੰ ਬਹੁਤ ਸੋਹਣੀ ਲੱਗ ਰਹੀ ਆ।
ਤੇ ਅਸੀਂ ਮੈਗੀ ਖਾਧੀ ਆ ਤੇ ਆ ਹੁਣ ਅਸੀਂ ਮੇਨ ਇੱਕ ਦੋ ਫੋਟੋਆਂ ਜਿਹੜੀਆਂ ਕਰ ਲਈਏ ਜੀ। ਚਲੋ ਅਸੀਂ ਸਿੱਧਾ ਉਹ ਸਾਹਮਣੇ ਛਿੱਪ ਵਗੈਰਾ ਖੜ੍ਹੇ ਨੇ, ਜੇ ਤੁਸੀਂ ਇਹਦਾ ਝੂਟਾ ਲੈਣਾ ਮੇਰੇ ਖਿਆਲ 'ਚ 1,000 ਰੁਪਈਆ ਲੱਗਦਾ ਇੱਕ ਝੂਟੇ ਦਾ, ਅਤੇ ਮੈਨੂੰ ਪਤਾ ਵੀ ਆਪਾਂ ਝੂਟਾ ਇੰਨਾ ਲੈਣਾ ਨਹੀਂ, ਅਤੇ ਆਪਾਂ ਬਸ ਇੱਕ ਅੱਧੀ ਜਿਹੜੀ ਇੱਥੇ ਫੋਟੋ ਖਿੱਚਣੀ ਆ, ਤੁਸੀਂ ਵਿਊ ਦੇਖੋ ਅਤੇ ਫੋਟੋ ਖਿੱਚ ਕੇ ਅਤੇ ਆਪਾਂ ਫਿਰ ਕਰਨੀ ਆ ਵਾਪਸੀ। ਹਾਂ ਠੀਕ ਹੈ, ਵਨ ਟਾਈਮ ਆ, ਤੁਸੀਂ ਪਿਕਨਿਕ ਵਗੈਰਾ ਕਰਨ ਆਉਣਾ ਆ ਆਪਣੇ ਫੈਮਿਲੀ ਦੇ ਨਾਲ ਤਾਂ ਆ ਸਕਦੇ ਹੋ ਇੱਥੇ ਵਧੀਆ ਪਿਕਨਿਕ ਕਰਨ ਨੂੰ, ਜਾਂ ਕਿਸੇ ਨੇ ਪ੍ਰੀ ਵੈਡਿੰਗ ਸ਼ੂਟ ਕਰਾਉਣਾ 1,000 ਰੁਪਈਆ ਪਰ ਪ੍ਰੀ ਵੈਡਿੰਗ ਦਾ ਆ। ਚਲੋ ਜੀ ਹੁਣ ਅਸੀਂ ਫੋਟੋਆਂ ਕਰਕੇ ਕਰ ਲਈਏ ਜੀ ਵਾਪਸੀ, ਅਤੇ ਹੁਣ ਅਸੀਂ ਚੱਲੀਏ ਜੀ ਵਾਪਸ। ਸਮਾਂ ਹੋ ਗਿਆ ਜੀ ਸ਼ਾਮ ਦੇ ਵੱਜ ਗਏ 4, ਅਤੇ ਅਸੀਂ ਵੀ ਗਏ ਹਾਂ ਥੱਕ, ਅਤੇ ਅਗਲੇ ਬਲੌਗ ਲਈ ਬਣੇ ਰਹੋ ਜੀ। ਅਗਲੇ ਬਲੌਗ 'ਚ ਫਿਰ ਮਿਲਾਂਗੇ ਇੱਕ ਨਵੀਂ ਜਾਣਕਾਰੀ ਦੇ ਨਾਲ, ਮੇਰੇ ਨਾਲ ਬਣੇ ਰਹੋ। ਜੇ ਨਹੀਂ ਸਬਸਕ੍ਰਾਈਬ ਕੀਤਾ ਅਜੇ ਤੱਕ ਮੇਰਾ ਚੈਨਲ ਤਾਂ ਸਬਸਕ੍ਰਾਈਬ ਕਰੋ। ਜੈ ਹਿੰਦ।